ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਅਤੇ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਗੁਰਦੁਆਰਾ ਸ੍ਰੀ ਬਿਬੋਰ ਸਾਹਿਬ। ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਇਸ ਇਤਿਹਾਸਿਕ ਸਥਾਨ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਇਸ ਸਮੇਂ ਗੁਰਦੁਆਰਾ ਸ੍ਰੀ ਬਿਬੋਰ ਸਾਹਿਬ ਸਥਿਤ ਹੈ। ਇਸ ਜਗ੍ਹਾ ਤੇ ਲਗਭਗ 500 ਸਾਲ ਪਹਿਲਾਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸੀ ਅਤੇ ਉਹਨਾਂ ਨੇ ਇੱਥੇ 13 ਮਹੀਨੇ 13 ਦਿਨ 13 ਘੜੀਆਂ 13 ਪਲ ਚੌਪਈ ਸਾਹਿਬ ਦਾ ਉਚਾਰਨ ਕੀਤਾ ਸੀ ਅਤੇ ਇੱਥੇ ਭਾਦੋ ਦੀ ਅਸ਼ਟਮੀ ਨੂੰ ਚੌਪਈ ਸਾਹਿਬ ਪੂਰੀ ਹੋਈ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ ਇਸ ਦਿਨ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਚੌਪਈ ਉਚਾਰਨ ਦਿਵਸ ਮੌਕੇ ਚੱਲ ਰਹੇ ਗੁਰਮਤਿ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਚਰਨਾਂ 'ਚ ਸੀਸ ਝੁਕਾ ਰਹੀ ਹੈ ਅਤੇ ਸੰਗਤਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਅਤੇ ਸਤਲੁਜ ਦਰਿਆ ਦੇ ਬਿਲਕੁਲ ਕੰਢੇ ਤੇ ਸਥਿਤ ਹੈ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਭਬੋਰ ਸਾਹਿਬ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਇਸ ਅਸਥਾਨ 'ਤੇ ਜਿਹੜਾ ਹੈ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਸ ਜਗ੍ਹਾ 'ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਤੁਸੀਂ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਇਹਨਾਂ ਪਾਵਨ ਪਵਿੱਤਰ ਅਸਥਾਨਾਂ 'ਤੇ ਆ ਕੇ ਨਤਮਸਤਕ ਹੁੰਦੀ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ 'ਤੇ 13 ਮਹੀਨੇ 13 ਘੜੀ ਇਸ ਸਥਾਨ 'ਤੇ ਬੈਠ ਕੇ ਚੌਪਾਉਜੀ ਸਾਹਿਬ ਉਚਾਰਨ ਕੀਤਾ ਸੀਗਾ। ਉਸੀ ਨੂੰ ਲੈ ਦੇਖਦਿਆਂ ਹੋਇਆਂ SGPC ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਚੌਪਾਉਜੀ ਦਿਵਸ ਜਿਹੜਾ ਹੈ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਜਿਹੜੀ ਹੈ ਇਹਨਾਂ ਪਾਵਨ ਪਵਿੱਤਰ ਅਸਥਾਨਾਂ 'ਤੇ ਆ ਕੇ ਨਤਮਸਤਕ ਹੁੰਦੀ ਹੈ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਹੈ। SGPC ਵੱਲੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੇ ਜਿਹੜੀ ਠਹਿਰਨ ਵਾਸਤੇ ਜਿਹੜੀ ਸਰਾਵਾਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਨਾਲ ਹੀ ਲੰਗਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਅਤੇ ਜਿਹੜੇ ਇਸ ਸਥਾਨ 'ਤੇ ਜਿਹੜੇ ਸਮਾਗਮ ਵੀ ਚੱਲ ਰਹੇ ਹਨ ਤਾਂ ਉਹ ਵੀ ਸਮਾਗਮਾਂ ਵਿੱਚੋਂ ਜਿਹੜੇ SGPC ਵੱਲੋਂ ਅਲੱਗ ਅਲੱਗ ਜਿਹੜੇ ਹੈ ਕੀਰਤਨੀਏ ਢਾਡੇ ਜੱਥਿਆਂ ਦੇ ਵੱਲੋਂ ਆਪਣੀ ਆਪਣੀ ਜਿਹੜੀ ਹਾਜ਼ਰੀ ਲਗਾਈ ਜਾ ਰਹੀ ਹੈ ਅਤੇ ਜਿਹੜੇ ਗੁਰੂ ਜੀ ਦਾ ਇਤਿਹਾਸ ਦੇ ਬਾਰੇ ਲੋਕਾਂ ਨੂੰ ਜਿਹੜੀ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਜਿਹੜੀ ਹੈ ਇਹਨਾਂ ਪਾਵਨ ਪਵਿੱਤਰ ਸਥਾਨਾਂ 'ਤੇ ਆ ਕੇ ਨਤਮਸਤਕ ਹੁੰਦੀ ਹੈ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਹੈ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੜੇ ਦਿਨਾਂ ਤੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ, ਜਦ ਦੀ ਇਹ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ, ਤੁਸੀਂ ਦੇਖੀ ਹੋਊਗੀ, ਮੈਨੂੰ ਐਂ ਲੱਗਦਾ ਕਿ ਗੁਰੂ ਮਹਾਰਾਜ ਨੇ ਆਪ ਕਲਾ ਵਰਤਾਈ ਹੈ। ਵਾਹਿਦ ਫਿਲਮ ਨਹੀਂ, ਉਹਨੂੰ ਦੇਖ ਕੇ ਬਹੁਤ ਸਾਰੀ ਸਾਡੀ ਨਸਲ, ਸਾਡੇ ਬਜ਼ੁਰਗ, ਸਾਡੇ ਬੱਚੇ, ਸਾਡੀਆਂ ਧੀਆਂ ਭੈਣਾਂ ਮਾਤਾਵਾਂ ਬੜਾ ਜੁੜ ਗਏ ਨੇ ਗੁਰੂ ਦੇ ਨਾਲ। ਅਤੇ ਮੈਂ ਥਾਂ ਥਾਂ 'ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ, ਕਿਉਂਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਮੈਂ ਮਹਾਰਾਜ ਨੂੰ ਇੱਕ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਅਤੇ ਹੱਥ ਤੁਸੀਂ ਰੱਖਣਾ, ਅਤੇ ਗੁਰੂ ਮਹਾਰਾਜ ਨੇ ਐਸਾ ਥਾਪੜਾ ਦਿੱਤਾ ਦਸਵੇਂ ਪਾਤਸ਼ਾਹ ਨੇ, ਗੁਰੂ ਘਰ ਨੇ, ਅਕਾਲ ਪੁਰਖ ਦਾਤਾਰ ਪਿਤਾ ਨੇ, ਸ਼ਹੀਦਾਂ ਸਿੰਘਾਂ ਨੇ ਅਤੇ ਬਾਬਾ ਦੀਪ ਸਿੰਘ ਜੀ ਨੇ, ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜ ਗਈ। ਔਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਦ ਵੀ ਫਿਲਮ ਦੇਖ ਕੇ ਜਾ ਰਹੇ ਅਤੇ ਸਿੱਧਾ ਹਰਿਮੰਦਰ ਸਾਹਿਬ ਜਾ ਰਹੇ ਹੈ ਦੁੱਖ ਭੰਜਨੀ ਬੇਰੀ 'ਤੇ ਜਾ ਕੇ, ਬਹੁਤ ਸਾਰੇ ਲੋਕਾਂ ਨੇ ਮੈਨੂੰ ਵੀ ਫੋਨ ਕੀਤਾ ਕਿ ਬਹੁਤ ਸਾਰੇ ਲੋਕ ਠੀਕ ਹੋ ਰਹੇ, ਕਿਉਂਕਿ ਲੋਕਾਂ ਦੀ ਸ਼ਰਧਾ ਬੜੀ ਜਾ ਰਹੀ। ਸੋ ਮੈਂ ਧੰਨਵਾਦ ਕਰਨਾ ਹੈ ਦਸਵੇਂ ਪਾਤਸ਼ਾਹ ਦਾ, ਗੁਰੂ ਘਰ ਦਾ, ਕਿ ਤੁਹਾਡਾ ਲੱਖ ਲੱਖ ਸ਼ੁਕਰ ਹੈ ਸੰਗਤ ਦਾ ਜਿਨ੍ਹਾਂ ਨੇ ਹੁੰਮ ਹੁਆ ਕੇ ਇਸ ਫਿਲਮ ਨੂੰ ਹਿੱਟ ਕੀਤਾ।
ਔਰ ਇਹ ਕਲਾ ਜਿਹੜੀ ਰੱਬ ਨੇ ਵਰਤਾਈ ਉਹਨੂੰ ਆਪਣੇ ਗਲ ਨਾਲ ਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਸੰਗਤ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਜੀ, ਨੌਜਵਾਨ ਜਿਹੜੀ ਆਪਣੀ ਸੰਗਤ ਆ ਜਿਹੜੀ ਕੁਰਾਹੇ ਪੈ ਰਹੀ ਜਵਾਨੀ? ਦੇਖੋ ਗੱਲ ਇਹ ਹੈ ਕਿ ਪਹਿਲਾਂ ਮਾਵਾਂ ਅਤੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁਰੂਆਂ ਦੀਆਂ ਗੱਲਾਂ, ਸਿੰਘਾਂ ਦੀਆਂ ਗੱਲਾਂ, ਪੰਥ ਦੀਆਂ ਗੱਲਾਂ, ਸਿੱਖੀ ਦੀਆਂ ਗੱਲਾਂ, ਪੰਜਾਬ ਦੀਆਂ ਗੱਲਾਂ ਛੋਟੇ ਛੋਟੇ ਨਿਆਣਿਆਂ ਨੂੰ ਸਿਖਾਉਂਦੇ ਹੁੰਦੇ ਸੀ, ਕਹਾਣੀਆਂ ਦੱਸਦੇ ਹੁੰਦੇ ਸੀ। ਕਮਾਲ ਦੀ ਗੱਲ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਪਹਿਲਾਂ ਪੁੱਛਿਆ ਬੀਬੀ ਰਜਨੀ ਬਾਰੇ ਪਤਾ, ਕਹਿੰਦੇ ਸਾਨੂੰ ਤਾਂ ਪਤਾ ਨਹੀਂ, ਔਰ ਵੱਡੇ ਬੰਦਿਆਂ ਨੂੰ ਨਹੀਂ ਪਤਾ। ਪਰ ਮੈਂ ਸਮਝਦਾ ਕਿ ਜਦ ਕੁੱਖ 'ਚ ਹੈ ਨਾ ਬੱਚਾ, ਉਦੋਂ ਮਾਂ ਦਾ ਫਰਜ਼ ਬਣਦਾ ਉਹਨੂੰ ਪਾਠ ਕਰਾਉਣਾ, ਪੜ੍ਹਾਉਣਾ, ਕਿਉਂਕਿ ਜਿਹੜੀ ਚੀਜ਼ ਹੈ ਉਹ ਬਚਪਨ ਤੋਂ ਕੁੱਖ 'ਚ ਸ਼ੁਰੂ ਹੋਣੀ ਹੈ। ਅਤੇ ਮੇਰੀ ਬੇਨਤੀ ਹੈ ਕਿ ਜੇ ਆਪਾਂ ਉਪਰਾਲਾ ਕਰਾਂਗੇ, ਗੁਰੂ ਘਰ ਨਾਲ ਜੋੜਾਂਗੇ, ਕਿਉਂਕਿ ਪੜ੍ਹਦਾ ਜਿਹੜਾ ਅੱਜ ਕੱਲ੍ਹ ਕਿਤਾਬਾਂ ਕੋਈ ਪੜ੍ਹਦਾ ਨਹੀਂ, ਹਿਸਟਰੀ ਬਾਈ ਜੀ ਕੋਈ ਨਹੀਂ ਪੜ੍ਹਦਾ, ਸਕੂਲਾਂ 'ਚ ਕੋਈ ਜਾ ਕੇ ਰਾਜੀ ਨਹੀਂ, ਕਾਲਜਾਂ 'ਚ ਜਾ ਕੇ ਰਾਜੀ ਨਹੀਂ। ਮੈਂ ਸਮਝਦਾ ਜਿਹੜਾ ਸਿਨੇਮਾ ਹੈ ਨਾ, ਇਹਦਾ ਬੜਾ ਇਫੈਕਟ ਹੈ ਜੀ, ਬਹੁਤ ਸੰਗਤ 'ਤੇ ਇਫੈਕਟ ਹੋਇਆ ਜੀ, ਤੁਸੀਂ ਆਪ ਵੀ ਦੇਖਿਆ ਜੀ, ਤੁਸੀਂ ਆਪ ਵਰਤ ਰਹੇ ਹੋ ਵਿੱਚ। ਸੋ ਮੈਂ ਸਮਝਦਾ ਕਿ ਜੇ ਮਾੜਾ ਜਿਹਾ ਸਾਡੇ SGPC ਵਾਲੇ ਸਾਨੂੰ ਥੋੜ੍ਹੀ ਜਿਹੀ ਇਜਾਜ਼ਤ ਦੇ ਦੇਣ, ਤਾਂ ਮੈਂ ਸਮਝਦਾ ਵੀ ਆ 5 ਸਾਲਾਂ 'ਚ ਮਹਾਰਾਜ ਦੀ ਕਿਰਪਾ ਨਾਲ ਥਾਪੜੇ ਨਾਲ ਕੁਛ ਦਾ ਕੁਛ ਹੋ ਜਾਊਗਾ। ਕਿਉਂਕਿ ਜਦ ਆਪਾਂ ਗੁਰੂ ਦਾ ਨਾਂ, ਰੱਬ ਦਾ ਨਾਂ ਲੈਣਾ ਸ਼ੁਰੂ ਕਰ ਦਾਂਗੇ, ਤਾਂ ਫਿਰ ਆਪਣੇ 'ਚੋਂ ਧਰਮ ਨਾਂ ਦੀ ਚੀਜ਼, ਵਰਗ ਨਾਂ ਦੀ ਚੀਜ਼, ਊਠ ਬੈਠ ਕੋਈ ਨੀਚ ਨਹੀਂ ਹੈ, ਉਹ ਸਭ ਬਰਾਬਰ ਹੀ ਨੇ। ਸੋ ਮੇਰੇ ਖਿਆਲ ਨਾਲ ਕਿ ਸਿਨੇਮਾ ਜਿਹੜਾ ਹੈ ਅੱਜ ਦੀ ਡੇਟ 'ਚ ਬਹੁਤ ਵੱਡੀ ਪੜ੍ਹਾਈ ਹੈ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ੍ਹਿਆ ਹੋਣਾ, ਉਸ ਵੇਲੇ ਪੜ੍ਹਾਈ ਉੱਚ ਕੋਟੀ ਦੀ ਸੀ, ਬਜ਼ੁਰਗ ਪੜ੍ਹੇ ਸੀ, ਪਿੰਡਾਂ ਦੇ ਵਿੱਚ ਆਪਣੇ ਸ਼ਸਤਰਧਾਰੀ ਫੌਜ ਸੀ, ਆਪਣੇ ਫੈਸਲੇ ਆਪ ਕਰਦੇ ਸੀ, ਔਰ ਪੜ੍ਹਾਈ ਲੋਕ ਬਾਹਰੋਂ ਪੜ੍ਹਨ ਆਉਂਦੇ ਸੀ। ਸੋ ਮੈਂ ਸਮਝਦਾ ਉਹ ਸਮਾਂ ਆਪਣੇ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ, ਛੇਤੀ ਆ ਜਾਊਗਾ ਜੇ ਆਪਾਂ ਫਿਲਮਾਂ ਉਸ ਪੱਧਰ ਦੀਆਂ ਬਣਾਈਏ। ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਉਸ ਪਵਿੱਤਰ ਧਰਤੀ 'ਤੇ ਖੜ੍ਹੇ ਹਾਂ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੁਪਈ ਉਚਾਰਨ ਕੀਤੀ। ਇਹ ਬਹੁਤ ਹੀ ਰਮਨੀਕ ਜਗ੍ਹਾ ਹੈ ਜਿੱਥੇ ਸਿੱਧੇ ਮਲਾਹ ਦੀ ਭਾਵਨਾ ਸੀਗੀ, ਦਸਵੇਂ ਪਾਤਸ਼ਾਹ ਸਾਡਾ ਕਦੋਂ ਮੇਲ ਹੋਵੇਗਾ। ਮਹਾਰਾਜ ਜਿਨ੍ਹਾਂ ਦੀਆਂ ਜਾਣਨ ਵਾਲੇ ਨੇ ਉਹਨਾਂ ਨੇ ਸਿੱਧੇ ਮਲਾਹ ਦੀ ਪਕਾਰ ਨੂੰ ਸੁਣਦਿਆਂ ਹੋਇਆ ਜਦੋਂ ਇੱਥੇ ਆਏ, ਇੱਥੇ ਫਿਰ ਚੁਪਈ ਉਚਾਰਨ ਕੀਤੀ। ਇਸ ਪਵਿੱਤਰ ਸਥਾਨ ਦੀ ਸੇਵਾ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ, ਸੰਤ ਬਾਬਾ ਲਾਭ ਸਿੰਘ ਜੀ, ਬਾਬਾ ਹਰਭਜਨ ਸਿੰਘ ਭਲਵਾਨ, ਜਿਨ੍ਹਾਂ ਨੇ ਬੜੇ ਤਨਦੇਹੀ ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਦੀ ਕਿਰਪਾ ਸਦਕਾ ਸਮਾਵਾਂ ਕਰਾਈਆਂ। ਇਸ ਟਾਈਮ ਜਿਹੜੇ ਮੁਖੀ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਦੀ ਸੁੱਚਾ ਜੀ ਅਗਵਾਈ ਦੇ ਵਿੱਚ ਇਹ ਸਾਰੇ ਕਾਰਜ ਚੱਲ ਰਹੇ ਨੇ। ਜਿਵੇਂ ਕਿ ਆਪ ਦੇਖ ਰਹੇ ਹੈਗੇ, ਬਹੁਤ ਹੀ ਪਹਾੜੀ ਦੇ ਉੱਪਰ ਸਤਲੁਜ ਦੇ ਕੰਢੇ ਦੇ ਉੱਤੇ ਇਹ ਖੰਡਰ ਪੈਣ ਚੁੱਕੀ ਜਗ੍ਹਾ ਸੀ, ਜਿਹਨੂੰ ਬਾਬਾ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਪੱਥਰਾਂ ਦੇ ਡੰਗੇ ਲਾ ਕੇ ਇਸ ਬਿਲਡਿੰਗ ਨੂੰ ਸੁਰਜੀਤ ਕੀਤਾ। ਇਹ ਇਸ ਟਾਈਮ ਕਈ ਵਰਗ ਫੁੱਟ ਜਿਹੜੀ ਬਿਲਡਿੰਗ ਆ ਉਹ ਬਣ ਚੁੱਕੀ ਆ, ਬਣ ਰਹੀ ਆ, ਸੇਵਾ ਚੱਲ ਰਹੀਆਂ ਨੇ। ਸੋ ਸੰਗਤਾਂ ਦੀ ਸੁੱਖ ਸਹੂਲਤ ਵਾਸਤੇ ਪਹਿਲਾਂ ਇੱਥੇ ਲੰਗਰ ਹਾਲ ਬਣਾਏ ਗਏ, ਸਰਾਂ ਬਣਾਈ ਗਈ, ਹੁਣ ਦੀਵਾਨ ਹਾਲ ਬਣਾਏ ਗਏ। ਇਸੇ ਤਰ੍ਹਾਂ ਹੀ ਨਿਰੰਤਰ ਸੇਵਾਵਾਂ ਜਾਰੀ ਨੇ। ਗੁਰੂ ਕਿਰਪਾ ਕਰਨ, ਦਸਵੇਂ ਪਾਤਸ਼ਾਹ ਕਵਿਓ ਬਾਜ ਬੇਨਤੀ ਚੁਪਈ ਅਮਰੀਕ ਕਰੋ ਹਾਥ ਦੇ ਰੱਛਾ, ਪੂਰਨ ਹੋਈ ਚਿੱਤਗੀ ਇੱਛਾ, ਸਾਰਿਆਂ ਦੀਆਂ ਮਨੋ ਭਾਵਨਾ ਮਹਾਰਾਜ ਪੂਰੀਆਂ ਕਰਦਾ। ਅੱਜ ਦਾ ਦਿਨ ਇਹ ਬਹੁਤ ਵੱਡਾ ਭਾਗਾਂ ਵਾਲਾ, ਗੁਰੂ ਮਹਾਰਾਜ ਕਿਰਪਾ ਕਰਨ, ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਆਪਣੀ ਸ਼ਰਧਾ ਭਾਵਨਾ ਲੈ ਕੇ ਇਸ ਦਰ ਦੇ ਉੱਤੇ ਨਮਸਕਾਰ ਕਰਦੀਆਂ ਨੇ, ਮਹਾਰਾਜ ਉਹਨਾਂ ਦੀਆਂ ਸਭਨਾਂ ਦੀਆਂ ਭਾਵਨਾ ਪੂਰੀਆਂ ਕਰਨ। ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਕਾਰ ਸੇਵਾ ਦੇ ਨਾਲ ਜੁੜ ਕੇ ਇਸ ਚੱਲ ਰਹੇ ਕੁੰਭ ਦੇ ਵਿੱਚ ਯੋਗਦਾਨ ਪਾ ਰਹੀਆਂ ਨੇ, ਮਹਾਰਾਜ ਉਹਨਾਂ ਦੀਆਂ ਮਨੋਕਾਮਨਾ ਭਾਵਨਾ ਨੂੰ ਪੂਰੀਆਂ ਕਰੇ। ਸੁੱਖ ਹੋਵੇ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਧ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ,
ਸਰਬੰਸ ਦਾਨੀ ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਮਹਾਨ ਪਰ ਉਪਕਾਰ ਕੀਤਾ। ਅੱਜ ਦੇ ਦਿਨ ਭਾਦਰਵ ਸੁਦੀ ਅਸ਼ਟਮੀ ਵਾਲੇ ਦਿਨ ਸ਼੍ਰੀ ਭਿਬੌਰ ਸਾਹਿਬ ਵਿਖੇ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਚੌਪਾਈ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਉਚਾਰਨ ਕੀਤਾ। ਇਹ ਪਵਿੱਤਰ ਬਾਣੀ ਹਰ ਸਿੱਖ ਅੰਮ੍ਰਿਤ ਵੇਲੇ ਰੋਜ਼ਾਨਾ ਨਿਤਨੇਮ ਦੇ ਵਿੱਚ ਪੜ੍ਹਦਾ ਹੈ, ਔਰ ਜਦੋਂ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਉਸ ਵੇਲੇ ਵੀ ਇਹ ਪਵਿੱਤਰ ਬਾਣੀ ਜ਼ਰੂਰ ਪੜ੍ਹੀ ਜਾਂਦੀ ਹੈ। ਕਿਸੇ ਵੀ ਸਿੱਖ ਦਾ ਨਿਤਨੇਮ ਇਸ ਪਵਿੱਤਰ ਬਾਣੀ ਤੋਂ ਬਗੈਰ ਸੰਪੂਰਨ ਨਹੀਂ ਹੁੰਦਾ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦੇ ਦਿਨ ਸਤਿਗੁਰਾਂ ਨੇ ਸਾਡੇ ਉੱਤੇ ਬੜਾ ਵੱਡਾ ਪਰ ਉਪਕਾਰ ਕੀਤਾ ਹੈ, ਔਰ ਭਾਦਰਵ ਸੁਦੀ ਅਸ਼ਟਮੀ ਦਾ ਪਵਿੱਤਰ ਦਿਹਾੜਾ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਜੀ ਵਾਲਿਆਂ ਮਹਾਂਪੁਰਖਾਂ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਅੱਜ ਵੀ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਹਨ, ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀਆਂ ਹੀ ਸੰਗਤਾਂ ਦੀ ਹਾਜ਼ਰੀ ਤਿਲ ਫੁਲਪੇਟਾ ਆਪਣੇ ਦਰ 'ਤੇ ਪ੍ਰਵਾਨ ਕਰਨ। ਸਮੁੱਚੀ ਹੀ ਸੰਗਤ ਨੂੰ ਭਾਦਰਵ ਸੁਦੀ ਅਸ਼ਟਮੀ ਦੇ ਚੌਪਈ ਉਚਾਰਨ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।